ਅਡਾਨੀ ਫੇਰ ਆ ਗਿਆ ਕਿਸਾਨਾਂ ਦੀ ਫਸਲ ਲੈਣ। ਉਹ ਕਹਿੰਦੇ ਵੀ ਮੰਡੀਆਂ ਦੇ ਵਿੱਚ ਕਰੋ ਤੁਸੀਂ, 500 ਮੰਡੀਆਂ ਜਿਹੜੀਆਂ ਪੰਜਾਬ ਸਰਕਾਰ ਨੂੰ ਕਹਿੰਦੇ। ਪਰ ਗੱਲ ਇਹ ਹੈ ਮੈਂ ਲੋਕੋ, ਮੈਂ ਵਾਰ ਵਾਰ ਤੁਹਾਨੂੰ ਇਹੀ ਗੱਲ ਕਹਿ ਰਿਹਾ, ਆਪਣੀਆਂ ਕੰਪਨੀਆਂ ਬਣਾ ਲਓ। ਕੰਪਨੀ ਬਣਾਉਣੀ ਕੋਈ ਵੱਡੀ ਚੀਜ਼ ਨਹੀਂ ਹੈਗੀ, ਕਰੋੜਾਂ ਲੋਕ ਤੁਸੀਂ, ਕਰੋੜਾਂ ਕਿਸਾਨ ਹੋ, ਤੁਹਾਡੇ ਲਈ ਮਾਰਕੀਟ ਵੈਸੇ ਹੀ ਬਣੀ ਪਈ ਹੈ। ਇਸ ਚੀਜ਼ ਦੀ ਮੈਂ ਗਰੰਟੀ ਦਿੰਦਾ। ਬੈਂਕਾਂ ਖੋਲੋ, ਆਪਣੀਆਂ ਕੰਪਨੀਆਂ ਖੋਲੋ ਆਪਣੀਆਂ, ਕਿਸੇ ਤੋਂ ਕੁਛ ਲੈਣ ਦੀ ਲੋੜ ਨਹੀਂ ਹੈ। ਤੁਸੀਂ ਖੋਲ ਸਕਦੇ ਹੋ, ਤੁਹਾਡੇ ਕੋਲ ਹੱਕ ਹੈ, ਰਾਈਟ ਹੈ, ਸਭ ਕੁਛ ਹੈ। ਅਡਾਨੀ ਯਾਰ ਜਿਹੜਾ ਅਨਪੜ੍ਹ ਬੰਦਾ ਉਹ ਵੀ ਕਰ ਰਿਹਾ, ਤਾਂ ਤੁਸੀਂ ਪੜ੍ਹੇ ਲਿਖੇ ਨਹੀਂ ਹੋ, ਤੁਹਾਡਾ ਵੀ ਦਿਮਾਗ ਚੱਲਦਾ ਨਾ, ਤੁਸੀਂ ਸਰਕਾਰ ਨੂੰ ਸਮਝ ਸਕਦੇ ਹੋ, ਅੰਦੋਲਨ ਕਰ ਸਕਦੇ ਹੋ, ਤਾਂ ਤੁਸੀਂ ਇਹਨਾਂ ਚੀਜ਼ਾਂ ਵਿੱਚ ਕਿਉਂ ਨਹੀਂ ਕਰ ਸਕਦੇ? ਤੁਸੀਂ ਸਭ ਕੁਛ ਕਰ ਸਕਦੇ ਹੋ, ਤੁਹਾਡੇ ਕੋਲ ਸਭ ਕੁਛ ਹੈ, ਸਿਰਫ ਇੱਕ ਛੋਟਾ ਜਿਹਾ ਰਿਸਕ ਲਓ, ਤੁਹਾਡਾ ਕੰਮ ਹੋ ਗਿਆ। ਸਮਝ ਰਹੇ ਹੋ ਮੇਰੀ ਗੱਲ? ਫਿਰ ਤਾਂ ਤੁਹਾਨੂੰ ਤਾਂ ਵੈਸੇ ਵੀ ਰਿਸਕ ਨਹੀਂ ਹੈਗਾ, ਤੁਹਾਡੇ ਕੋਲ ਕਰੋੜਾਂ ਲੋਕ ਆਪਣੇ ਹੈ, ਤੁਹਾਨੂੰ ਲੋੜ ਨਹੀਂ ਹੈ ਕਿਸੇ ਕੋਲ ਜਾਣ ਦੀ, ਨਾ ਅਮਰੀਕਾ ਕੋਲ, ਨਾ ਕਿਤੇ ਹੋਰ ਕੰਟਰੀ ਕੋਲ, ਤੁਹਾਡੇ ਕੋਲ ਆਪਣੇ ਕੋਲ ਹੀ ਬਹੁਤ ਕੁਛ ਹੈ। ਮੇਰੀ ਗੱਲ ਸਮਝ ਲਓ ਲੋਕੋ, ਕਹਿ ਰਹੇ